ਭਾਈ ਇੱਕ ਡੋਰਾ ਹੋਵੇ ਨਾ ਜੀ ਜਿਹੜੇ ਘਰ ਵਿੱਚ ਬਿਮਾਰ ਹੋਵੇ ਤਾਂ ਘਰ ਵਾਲੇ ਸਾਰੇ ਪਰੇਸ਼ਾਨ ਹੋਣ ਜਨਾਬ ਹਰ ਬੰਦਾ ਟੈਨਸ਼ਨ ਵਿੱਚ ਹੁੰਦਾ ਭਾਈ ਬਿਮਾਰ ਹੈ ਦਵਾਈ ਦਾ ਲੇਕਿਨ ਜਿਹੜੇ ਘਰ ਵਿੱਚ ਡੋਰਾ ਹੋਵੇ ਸਾਰੇ ਹੱਸਦੇ ਆਦੇ ਉਹਨਾਂ ਕਿਉਂਕਿ ਉਹ ਰੋਟੀ ਆਦੇ ਤੇ ਉਹ ਸੋਟੀ ਸਮਝਦੇ ਉਹ ਜੇ ਉਹ ਲਾਹੌਰ ਆਦੇ ਤੇ ਉਹ ਪਿਸ਼ੋਰ ਸਮਝਦੇ ਟੂ ਡੋਰੇ ਗੱਡੀ ਚ ਵੇਂਦੇ ਪਏ ਨੇ ਇੱਕ ਦੂਜੇ ਨਾਲ ਆਖੇ ਲਾਲਾ ਕਿੱਥੇ ਵੇਂਦੇ ਪਏ ਹੋ ਆਖੇ ਭਾਈ ਤੁਸੀਂ ਲਾਹੌਰ ਵੇਂਦੇ ਪਏ ਹੋ ਆਖੇ ਨਹੀਂ ਨਹੀਂ ਮੈਂ ਲਾਹੌਰ ਵੇਂਦਾ ਪਿਆ ਆਖੇ ਅੱਛਾ ਅੱਛਾ ਮੈਂ ਸਮਝਿਆ ਤੁਸੀਂ ਲਾਹੌਰ ਵੇਂਦੇ ਪਏ ਗਿਆ ਡੋਰਾ ਕਹਿੰਦੇ ਪੁੱਛਣੇ ਤੇ ਗਿਆ ਡੋਰਾ ਕਹਿੰਦੇ ਪੁੱਛਣੇ ਤੇ ਵੰਡ ਚ ਤੂੰ ਮੈਂ ਦੇ ਪੁੱਛਣੇ ਤੇ ਕੋਈ ਵੰਜ ਵੇਨਾ ਦਾ ਡੋਰਾ ਆਈ ਗੱਲ ਸੁਣ ਤੂੰ ਬਿਲਕੁਲ ਕੋਰਾ ਆਈ ਨਾ ਸੁਣਦਾ ਨਾ ਸਮਝੇਂਦਾ ਹਈ ਇੱਕ ਆਪਣੀ ਗੱਲ ਸੁਣਵੇਂਦਾ ਹਈ ਉਹ ਸੋਚਿਆ ਮੈਂ ਤਾਂ ਡੋਰਾ ਹਾਂ ਇਸ ਮਾਮਲੇ ਵਿੱਚ ਬਸ ਕੋਰਾ ਹਾਂ ਮੈਂ ਸਮਝਣੀ ਉਹ ਸਮਝਾਵਣੀ ਨੀ ਗੱਲ ਸਮਝ ਮਰੀਜ਼ ਦੀ ਆਮਣੀ ਨੀ ਮੈਂ ਪੁੱਛਾਂ ਲਾਲਾ ਖੈਰੀਆ ਖੈਰ ਉਹ ਵੀ ਸ਼ਾਲਾ ਖੈਰੀਆ ਉਹ ਆਖਸੀ ਹਾਂ ਮੈਂ ਠੀਕ ਪਿਆਂ ਤੂੰ ਬਾ ਪੀ ਚਾਹ ਮੈਂ ਠੀਕ ਪਿਆਂ ਵੱਧ ਪੁੱਛਾਂ ਹੋਰ ਸਵਾਲ ਉਸ ਤੂੰ ਬੇ ਜੈਸਾ ਹਾਲ ਹਵਾਲ ਉਸ ਤੂੰ ਵੇਂਦਾ ਆਪ ਸਵਾਲ ਸੁਚੇਂਦਾ ਹਈ ਦੇਂਦਾ ਆਪ ਜਵਾਬ ਵੀ ਵੇਂਦਾ ਹਈ ਗਿਆ ਪਹੁੰਚ ਮਰੀਜ਼ ਦੇ ਫਾਣ ਉੱਤੇ ਉਸ ਜਾਨ ਤੂੰ ਤੰਗ ਇਨਸਾਨ ਉੱਤੇ ਪੁੱਛਾ ਡੋਰੇ ਲਾਲਾ ਠੀਕ ਪਿਆ ਖੈਰ ਉਹ ਵੀ ਸ਼ਾਲਾ ਠੀਕ ਪਿਆ ਕੁਝ ਮਰੁਸ ਤੇ ਕੁਝ ਹਾਂ ਸੌੜੀ ਆਈ ਤੂੰ ਤਲਖੀ ਮਰੀਜ਼ ਤੇ ਡੋੜੀ ਆਈ ਉਸ ਆਖਾ ਲਾਲਾ ਹਾਲ ਨਾ ਪੁੱਛ ਜਿਹੜੀ ਥਈ ਪਈ ਏ ਮੇਰੇ ਨਾਲ ਨਾ ਪੁੱਛ ਪਿਆ ਪਹੁੰਚਾਂ ਮੌਤ ਦੇ ਗਾੜੇ ਤੇ ਜਿਹੀ ਖੇ ਉੱਡਦੀ ਖਲਵਾੜੇ ਤੇ ਆਖਾ ਡੋਰੇ ਸ਼ੁਕਰ ਏ ਸ਼ੁਕਰ ਆਖਾ ਡੋਰੇ ਸ਼ੁਕਰ ਏ ਸ਼ੁਕਰ ਮੇਰਾ ਕੁਝ ਹਾਲ ਤਬੀਤ ਦਾ ਹੋਰ ਸੁਣਾ ਡੋਰੇ ਤੇ ਇਸ ਸ਼ੁਕਰਾਣੇ ਤੇ ਸਿਰ ਮਾਰਾ ਮਰੀਜ਼ ਸਿਰਾਣੇ ਆਖਾ ਡੋਰੇ ਸ਼ੁਕਰ ਏ ਸ਼ੁਕਰ ਮੇਰਾ ਕੁਝ ਹਾਲ ਤਬੀਤ ਦਾ ਹੋਰ ਸੁਣਾ ਹੱਥ ਕਹਿ ਕੋਲੂ ਨਿਖਵੇਂਦਾ ਪਿਆ ਦੱਸ ਕਹਿੰਦਾ ਇਲਾਜ ਕਰੇਂਦਾ ਪਿਆ ਅੱਗੂ ਸੜ ਕੇ ਤੰਗ ਮਰੀਜ਼ ਆਖਾ ਕੱਠੀ ਕਰਕੇ ਜੰਗ ਮਰੀਜ਼ ਆਖਾ ਕਿਉਂਕਿ ਮਰੀਜ਼ ਤੇ ਤਲਖੀ ਆਵੇ ਤਾਂ ਉਹ ਜੰਗਾਂ ਜੰਗਾਂ ਕੱਠੀਆਂ ਸਿੱਧੀਆਂ ਕਰਨ ਕੱਠੀ ਕਰਕੇ ਜੰਗ ਮਰੀਜ਼ ਆਖਾ ਫੇਰੇ ਮਲਕੁਲ ਮੌਤ ਮਰੇਂਦਾ ਪਏ ਬੱਲੇ ਸ਼ਾਮੀ ਚੱਕਰੇ ਲੈਂਦਾ ਪਏ ਬਸ ਇੱਕ ਛਾਟੇ ਜਾਂ ਪਾਰ ਮੇਡਾ ਤੂੰ ਸਮੋ ਜਨਾਜ਼ਾ ਤਿਆਰ ਮੇਡਾ ਆਖਾ ਡੋਰੇ ਠੀਕ ਹਕੀਮ ਲੱਭਈ ਆਖਾ ਡੋਰੇ ਠੀਕ ਹਕੀਮ ਲਭਈ ਨੂੰ ਚੱਪੇ ਵਧੀਕ ਹਕੀਮ ਲਭਈ ਪਿਛਲੇ ਹਫਤੇ ਸਾਡੇ ਵਾਂਡੇ ਵਿੱਚ ਕੱਖ ਸੱਟ ਕੇ ਦੇਸੀ ਆਂਡੇ ਵਿੱਚ ਪੰਜਾਂ ਸੱਤਾਂ ਦਾ ਠੀਕ ਮਿਜ਼ਾਜ ਕੀਤਾ ਡਾਢਾ ਸੁਥਰਾ ਕਰਕੇ ਇਲਾਜ ਸੁਣੀ ਜੱਡਣ ਮਰੀਜ਼ ਉਸ ਡੋਰੇ ਦੀ ਗੱਲ ਸੁਣ ਤੇ ਪੁੱਛਣ ਤੂੰ ਕੋਰੇ ਦੀ ਆਦਾ ਆਈ ਉੱਠੀ ਕੇ ਮਲ ਪਵਾਂ ਜਾਂ ਇਸ ਡੋਰੇ ਤੇ ਗੱਲ ਪਵਾਂ ਭਲਾ ਮਲਣ ਮਰੀਜ਼ ਤੇ ਮੁਸ਼ਕਿਲ ਆਈ ਤੂੰ ਹਲਣ ਮਰੀਜ਼ ਤੇ ਮੁਸ਼ਕਿਲ ਆਈ ਡੋਰੇ ਹਾਜਤ ਕੋਈ ਨਾ ਛੋੜੀ ਆਈ ਸਾਰੀ ਕੀਤੀ ਕਰਤੀ ਲੋੜੀ ਆਈ ਪੁੱਛਾ ਡੋਰੇ ਖੁਰਾਕ ਦਾ ਹਾਲ ਸੁਣਾ ਪੁੱਛਾ ਡੋਰੇ ਖੁਰਾਕ ਦਾ ਹਾਲ ਸੁਣਾ ਖਾਣੇ ਖਿਚੜੀ ਕੇ ਦਾਲ ਸੁਣਾ ਪੁੱਛਾ ਡੋਰੇ ਖੁਰਾਕ ਦਾ ਹਾਲ ਸੁਣਾ ਖਾਣੇ ਖਿਚੜੀ ਕੇ ਦਾਲ ਸੁਣਾ ਡੋਰੇ ਦੇ ਆਖਰੀ ਸਵਾਲ ਉੱਤੇ ਦੱਸਾ ਉਸ ਸੜ ਕੇ ਇਸ ਹਾਲ ਉੱਤੇ ਖਾਂਦਾ ਕੁਚਲਾ ਪੀਂਦਾ ਜ਼ਾਰ ਪਿਆ ਤੂੰ ਵੰਜ ਮੈਂ ਮਰਨ ਤੇ ਤਿਆਰ ਪਿਆ ਪੁੱਛਣੇ ਤੂੰ ਵੱਲਣ ਦੀ ਤਿਆਰੀ ਤੇ ਆਖਾ ਡੋਰੇ ਟੁਰਦੀ ਵਾਰੀ ਤੇ ਬਸ ਖਾਧੀ ਰੱਖ ਵਾਹ ਵਾਹ ਲੱਭੀਏ ਡਾਢੀ ਹਲਕੀ ਤੇ ਸਾਦਾ ਗਿਜ਼ਾ ਇਹ ਆਈ ਜਨਾਬ ਡੋਰੇ ਤੇ ਪੁੱਛਣਾ ਔਰ ਜਨਾਬ ਇਹ ਜੀ ਦੋਸੇ ਦੀ ਬੱਕਰੀ ਏ ਉਹ ਇੱਕ ਬੰਦੇ ਦੇ ਘਰ ਨੂੰ ਬਾਹ ਲਾ ਗਈ ਤੇ ਕੋਈ ਮਹੀਨੇ ਬਾਅਦ ਸੰਗੀਨ ਪਤਾ ਲੱਗੋ ਵਾਂਝ ਬੜਾ ਲਾਲਾ ਅੱਜ ਹੁਣ ਮੈਨੂੰ ਪਤਾ ਲੱਗਾਈ ਬੜਾ ਅਫਸੋਸ ਲੱਗੇ ਤੇ ਮੈਂ ਸਿੱਧਾ ਨਿਕਲਾ ਆਇਆ ਟੁਕੁਰ ਦਾ ਟਾਈਮ ਆਈ ਉਸ ਟੁਕੁਰੀ ਅੱਗੋਂ ਆ ਕੇ ਰੱਖਾ ਪਹਿਲਾ ਸੋੜਾ ਉਸ ਬੰਨੇ ਲੁਕਮਾ ਉਸਾ ਕਹ ਲਾਲਾ ਇਹ ਦੱਸ ਭਾ ਲੱਗੀ ਕਿੰਨੇ ਤੇ ਮਿਸਮੀ ਕਿੰਨੀ ਉਸਾ ਕਹ ਲਾਲਾ ਲੱਗੀ ਤਾਂ ਆਈ ਜਨਾਬ ਮਹੀਨਾ ਪਹਿਲੇ ਘੰਟੇ ਬਾਅਦ ਮਿਸਮ ਗਈ ਆਈ
ਜਿਹੜੀ ਮੇਰੇ ਜੇਬੇ ਨੂੰ ਲੱਗੀ ਖਲੀ ਪਤਾ ਨੀ ਕਦਮ ਜਨਾਬ ਉਸੇ ਕਨਸੈਪਟ ਚ ਦੋਸੇ ਦੀ ਬੱਕਰੀ ਕਲਚਰਲ ਨਾਜ਼ਮ ਹੈ ਕਲਚਰ ਹੈ ਸਾਡੇ ਵਸਬੇ ਦਾ ਹਰ ਵਾਂਢੇ ਢੋਕ ਤੇ ਕਸਬੇ ਦਾ ਇੱਕ ਪੈ ਦਾ ਦਰਦ ਵੰਡੇਂਦੇ ਹਾਂ ਦੁੱਖ ਸੁੱਖ ਤੇ ਆਂਦੇ ਵਹਿੰਦੇ ਹਾਂ ਇਹ ਵਾਕਿਆ ਵੀ ਇਸੇ ਵਸਬੇ ਦੇ ਮੀਆਂ ਵਾਲੀ ਦੇ ਇੱਕ ਕਸਬੇ ਦੇ ਪਿੱਟੀ ਬੱਕਰੀ ਲਾਲੇ ਦੋਸੇ ਦੀ ਪਿੱਟੀ ਬੱਕਰੀ ਲਾਲੇ ਦੋਸੇ ਦੀ ਮਾੜੀ ਕਿਸਮਤ ਵਾਲੇ ਦੋਸੇ ਦੀ ਦੋਸਾ ਪਿਆਰ ਪਰੀਤ ਦਾ ਬੰਦਾ ਆਈ ਡਾਡਾ ਰਾਹ ਤੇ ਰੀਤ ਦਾ ਬੰਦਾ ਆਈ ਕਿਲਕਤ ਅਫਸੋਸ ਤੇ ਆਂਦੀ ਰਹੀ ਚਾਹ ਪੀਂਦੀ ਰੋਟੀਆਂ ਖਾਂਦੀ ਰਹੀ ਅਸਤ ਅਸਤੇ ਪੈਸੇ ਲੱਗਦੇ ਰਹੇ ਅੱਜ ਨਸਤੇ ਪੈਸੇ ਲੱਗਦੇ ਰਹੇ ਦਿਲ ਖਰਚੇ ਜੱਡਣ ਬੇਤਾਬ ਕੀਤਾ ਲਾਲੇ ਦੋਸੇ ਤੱਡਣ ਹਿਸਾਬ ਕੀਤਾ ਉਹ ਯਾਰੋ ਬੱਕਰੀ ਸੱਤ ਅੱਠ ਹਜ਼ਾਰ ਦੀ ਆਈ ਬੜੀ ਪਾਲੀ ਲਾਲ ਤੇ ਪਿਆਰ ਦੀ ਆਈ ਅਫਸੋਸ ਤੇ ਆਵਣ ਵਾਲਾਂ ਦੀ ਚਾਚੇ ਮਾਮੇ ਤੇ ਲਾਲਾਂ ਦੀ ਅਸਤ ਅਸਤੇ 16,000 ਗਿਆ ਇਹ ਖਰਚਾ ਤਾਂ ਮੈਨੂੰ ਮਾਰ ਗਿਆ ਅਸਤ ਅਸਤੇ 16,000 ਗਿਆ ਇਹ ਖਰਚਾ ਤਾਂ ਮੈਨੂੰ ਮਾਰ ਗਿਆ ਇਸੇ ਖਿਆਲ ਚ ਦੋਸਾ ਬੈਠਾ ਆਈ ਥੱਲੇ ਬੁਕੈਣ ਦੇ ਲੇਟਾ ਹੈ ਕਹਿ ਬਾਹਰ ਬੂਹੇ ਤੇ ਲਾ ਮਾਰਾ ਜਲਦੀ ਚ ਆਵਾਜ਼ ਬਲਾ ਮਾਰਾ ਆ ਬੱਕਰੀ ਆਣ ਸੰਭਾਲ ਫਿਰਾ ਗਿਨ ਪੇਲੂ ਸਿਆਣ ਸੰਭਾਲ ਫਿਰਾ ਖੁਸ਼ ਬੱਕਰੀ ਲੱਭਣ ਤੇ ਵਾਂਢੀ ਆਈ ਖੱਲਾ ਬੂਹੇ ਤੇ ਤਾਜ ਗਵਾਂਢੀ ਆਈ ਆਖਾ ਦੋਸੇ ਬੱਕਰੀ ਮੇਰੀ ਨਹੀਂ ਆਖਾ ਦੋਸੇ ਬੱਕਰੀ ਮੇਰੀ ਨਹੀਂ ਤਾਜ ਆਖਾ ਕਿੰਨੀ ਤੇਰੀ ਨਹੀਂ ਸਿੰਘ ਦੇ ਖੁਸੇ ਰੰਗ ਦੇ ਖੁਸੇ ਚਾਲ ਚੱਲਣ ਦੇ ਢੰਗ ਦੇ ਖੁਸੇ ਬੁੱਤ ਦੇ ਖੁਸ ਜੋ ਬੰਨ ਦੇ ਖੁਸ ਦੁੱਧ ਨਾਲ ਭਰੇ ਹੋਏ ਤਾਂਡੇ ਖੁਸ ਉਹ ਤੇਰੀ ਬੱਕਰੀ ਨੂੰ ਪਹਿਚਾਣਦਾ ਹਾਂ ਇਸਦੇ ਸਾਰੇ ਲੱਛਣ ਜਾਣਦਾ ਹਾਂ ਗਾਹ ਆਪਣੇ ਚੋਂ ਰੋਜ਼ ਵਲੈਂਦਾ ਹਮ ਛੇੜਾ ਤੇਰੇ ਨਾਲ ਕਰੇਂਦਾ ਹਮ ਬਹੁ ਡੋਟੀ ਤੇ ਬਹੁ ਤਕੜੀ ਏ ਇਹ ਬੱਕਰੀ ਤੇਰੀ ਬੱਕਰੀ ਖੈਰੇ ਦੇ ਜੁੜੀ ਚ ਗੋਲਾਂ ਦੀ ਨੱਪ ਬੱਕਰੀ ਤੇਰੇ ਗੋਲਾਂ ਦੀ ਆਖਾ ਦੋਸੇ ਮੇਰੀ ਹੋਵੇ ਤਾਂ ਉਹ ਬੱਕਰੀ ਤੇ ਜ਼ੀਨ ਖਲੋਵੇ ਤਾਂ ਤਾਜਾ ਕਾ ਇੰਜ ਨਾ ਨਸ ਦੋਸਾ ਗੱਲ ਵਿਚਲੀ ਮੈਨੂੰ ਦੱਸ ਸਹੀ ਗੱਲ ਵਿਚਲੀ ਤੈਨੂੰ ਕੇ ਦੱਸਾਂ ਇਹਦੇ ਲੱਭਣ ਤੇ ਰੋਵਾਂ ਜਾਂ ਹੱਸਾਂ ਪੇਲੂ ਪਿੱਟੀ ਤੇ 16,000 ਗਿਆ ਉਹ ਖਰਚਾ ਮੈਨੂੰ ਮਾਰ ਗਿਆ ਇਹਦੇ ਲੱਭਣ ਤੇ ਘੋੜੇ ਗਾਤਾ ਸੁਣ ਸੰਗੀ ਦੇਉਣ ਮੁਬਾਰਕਾਂ ਬਾਤਾਂ ਸੰਗੀ ਦੇਉਣ ਮੁਬਾਰਕਾਂ ਬਾਤਾਂ ਸੁਣ ਪਣ ਬੱਕਰੀ ਮੈਂ ਕਣ ਮੰਝ ਪੋਸੀ ਉਹ ਮੈਨੂੰ ਗਾਂ ਤੂੰ ਮਾਂਗੀ ਮੰਝ ਪੋਸੀ ਭਾਵੇਂ ਕੀਮਤੀ ਜਿਹੜੀ ਹੋਵੇ ਬਈ ਤਾਜ ਬੱਕਰੀ ਤੇਰੀ ਹੋਵੇ ਲੇਕਿਨ ਥੋੜਾ ਬੜਾ ਇੱਕ ਸੋਚ ਦੀ ਗੱਲ ਵੀ ਕਰਨੀ ਚਾਹੀਦੀ ਬਈ ਬਸ ਹਾਈ ਲਿਖਣਾ ਰਿਸ਼ਵਤ ਖੋਰੀ ਤੇ ਇਸ ਬੇਈਮਾਨੀ ਤੇ ਚੋਰੀ ਤੇ ਮੈਂ ਕਾਗਜ਼ ਪੈਨਸਲ ਚਾਹ ਬੈਠਾ ਨਾਲੇ ਟੇਕ ਸਿਰਾਣੇ ਲਾ ਬੈਠਾ ਇਸੇ ਖਿਆਲ ਚ ਨੀਂਦੁਰ ਆ ਗਈ ਆਈ ਇੱਥੋਂ ਮੇਰੇ ਪੈਨਸਲ ਢਾ ਗਈ ਆਈ ਮੈਨੂੰ ਖਾਬ ਦੇ ਵਿੱਚ ਸ਼ੈਤਾਨ ਮਿਲਾ ਬੇਈਮਾਨਾਂ ਦਾ ਸੁਲਤਾਨ ਮਿਲਾ ਉਸ ਪੁੱਛਿਆ ਮਾਰਾ ਠੀਕ ਵਧੈ ਕਿਉਂ ਬੇਚਾਰਾ ਠੀਕ ਵਧੈ ਮੈਂ ਆਖਾਂ ਬੇਸ਼ੱਕ ਤੰਗੀ ਏ ਪਰ ਹਾਲਤ ਤੈ ਤੂੰ ਚੰਗੀ ਮੈਂ ਆਖਾਂ ਬੇਸ਼ੱਕ ਤੰਗੀ ਏ ਪਰ ਹਾਲਤ ਤੈ ਤੂੰ ਚੰਗੀ ਏ ਉਸ ਆਖਾ ਲੱਗਦਾ ਭੁੱਖਾ ਏ ਜਿਹੜਾ ਬੋਲਦਾ ਰੁੱਖਾ ਰੁੱਖਾ ਏ ਭਾਈ ਰਿਸ਼ਵਤ ਖਾ ਤੇ ਮੌਜਾਂ ਕਰ ਥੋੜੀ ਜਾਨ ਬਣਾ ਤੇ ਮੌਜਾਂ ਕਰ ਦੱਸ ਜਿਹੜੀ ਤੂੰ ਤਨਖਾਹ ਗਿਣੈ ਕਿਆ ਘਰ ਦਾ ਖਰਚ ਚਲਾ ਗਿਣੈ ਕੋਈ ਮੋਇਆ ਜੀਂਦਾ ਯਾ ਸ਼ਾਦੀ ਕਿਆ ਇੱਜ਼ਤ ਨਾਲ ਭੁਗਤਾ ਗਿਣੈ ਉਹ ਜਿਹੜੇ ਘਰ ਵਿੱਚ 5-7 ਬਾਲ ਆਉਂਦੇ ਨਾ ਪੁੱਛੋ ਤੇ ਜਿਹੜੇ ਹਾਲ ਆਉਂਦੇ ਉਤੂ ਇਹ ਮਹਿੰਗਾਈ ਖਾਂਦੀ ਹੈ ਇੱਕ ਮੂਲੀ ਡਾਹ ਦੀ ਆਂਦੀ ਹੈ ਜਿਹੜੇ ਘੁੰਗਲੂ ਖੋਤੇ ਨਿਨ ਖਾਂਦੇ ਪੈ 40 ਰੁਪਏ ਕਿਲੋ ਆਂਦੇ ਨਾ ਦੇਂਦਾ ਮੈਨੂੰ ਵਾਰੀ ਆਈ ਸ਼ੈਤਾਨ ਦਾ ਲੈਕਚਰ ਜਾਰੀ ਆਈ ਕੋਈ ਗੋਰਾ ਭਾਵੇਂ ਕਾਲਾ ਹੈ ਚਿੰਗ ਚੀਜਾ ਰੇੜੀ ਵਾਲਾ ਹੈ ਭਾਵੇਂ ਭਣਵੀਆ ਤੋੜੇ ਸਾਲਾ ਹੈ
कमकार भावे कोई जो कर दे थोड़ी बहु बेईमानी वो कर दे जेड़े घर बीमारी सच दिए उस घर में भूख पई नच दिए जेड़े घर बीमारी सच दिए उस घर में भूख पई नच दिए बस माल बनाउन दा सेशन है एक करप्शन आजकल फैशन है जेड़ा रिश्वत और है सौखा है हर नेक जहान ते औखा है भुखता से तेरी पार्टी विच दूर अल्लाह मेरी पार्टी उस नाफरमान दे मशवरे ते मैं उस शैतान दे मशवरे ते नींदर विच डर के उठ बैठा मैं कलमा भर के उठ बैठा वल्ले दी बांग पे मिलती है केड़ी लोड़ नमाज़ दिल दी है शुक्रिया जी।